ਟਾਈਮਸ, ਮੈਂ ਹਾਂ ਪ੍ਰਵੀਨ ਕੌਰ। CBSE ਦੇ ਵੱਲੋਂ ਡੇਟ ਸ਼ੀਟ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ 2024 ਦੀ ਡੇਟ ਸ਼ੀਟ ਨੋਟੀਫਿਕੇਸ਼ਨ ਦੇ ਵਿੱਚ 55 ਦਿਨ ਹੈ ਜਿਹੜੇ ਪੇਪਰ ਚੱਲਣ ਵਾਲੇ ਨੇ। ਫਰਵਰੀ ਮਹੀਨੇ ਤੋਂ ਸ਼ੁਰੂਆਤ ਹੋ ਕੇ ਇਹਨਾਂ ਪੇਪਰਾਂ ਦੀ ਮਾਰਚ ਤੱਕ ਚੱਲਣਗੇ 10ਵੀਂ ਅਤੇ 12ਵੀਂ ਦੇ ਐਗਜ਼ਾਮੀਨੇਸ਼ਨ। 2024 ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ ਸੈਂਟਰਲ ਬੋਰਡ ਆਫ ਐਜੂਕੇਸ਼ਨ ਦੇ ਵੱਲੋਂ, ਜਿੱਥੇ ਕਿ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਤੇ ਦੱਸਿਆ ਗਿਆ ਕਿ 10ਵੀਂ ਦੇ ਜਿਹੜੇ ਪੇਪਰ ਨੇ ਉਹ 15 ਫਰਵਰੀ ਤੋਂ ਸ਼ੁਰੂਆਤ ਹੋਵੇਗੀ, 2 ਮਾਰਚ ਤੱਕ ਜਿਹੜੇ ਪੇਪਰ ਚੱਲਣਗੇ। ਉਸੇ ਤਰੀਕੇ ਜਿਹੜਾ ਹੈ 12ਵੀਂ ਦੀ ਅਗਰ ਗੱਲਬਾਤ ਕੀਤੀ ਜਾਵੇ, 12ਵੀਂ ਦੇ ਵੀ ਜਿਹੜੇ ਪੇਪਰ ਹੈ 15 ਫਰਵਰੀ ਤੋਂ ਸ਼ੁਰੂਆਤ ਹੋ ਕੇ ਇਹਨਾਂ ਦੀ ਡੇਟ ਸ਼ੀਟ ਜਿਹੜੀ ਹੈ 13 ਮਾਰਚ ਤੱਕ ਰੱਖੀ ਗਈ ਆ। ਡੇਟ ਸ਼ੀਟ ਦੀ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਡੇਟ ਸ਼ੀਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਹੜੇ ਦਿਨ ਕਿਹੜਾ ਪੇਪਰ ਜਿਹੜਾ ਹੋਣ ਵਾਲਾ ਹੈ। ਸਕੂਲਾਂ ਦੇ ਵੱਲੋਂ ਵੀ ਜਿਹੜਾ ਪੇਰੈਂਟਸ ਨੂੰ ਨੋਟੀਫਿਕੇਸ਼ਨ ਭੇਜ ਦਿੱਤੀ ਗਈ ਹੈ 10ਵੀਂ ਅਤੇ 12ਵੀਂ ਦੀ ਪ੍ਰੀਖਿਆ, ਫਾਈਨਲ ਪ੍ਰੀਖਿਆ, ਜਿਸਦੀ ਕਿ ਡੇਟ ਸ਼ੀਟ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਬੱਚੇ ਇੱਕਦਮ ਤਿਆਰੀ ਦੇ ਵਿੱਚ ਨਜ਼ਰ ਆ ਰਹੇ ਨੇ। ਜੇਕਰ ਗੱਲਬਾਤ ਕੀਤੀ ਜਾਵੇ 2024 ਦੀ, ਤਾਂ ਫਰਵਰੀ ਮਹੀਨੇ ਦੇ ਵਿੱਚ ਹੀ ਸ਼ੁਰੂਆਤ ਹੋ ਜਾਵੇਗੀ। ਉੱਥੇ ਹੀ ਪ੍ਰੈਕਟੀਕਲ ਦੀ ਜਿਹੜੀ ਡੇਟ ਸ਼ੀਟ ਜਾਰੀ ਹੋਈ ਹੈ ਉਸ ਦੇ ਵਿੱਚ ਦੱਸਿਆ ਗਿਆ ਕਿ 1 ਜਨਵਰੀ ਤੋਂ ਲੈ ਕੇ 15 ਜਨਵਰੀ ਤੱਕ ਜਿਹੜਾ ਪ੍ਰੈਕਟੀਕਲ ਚੱਲਣਗੇ। ਔਰ ਉਸ ਤੋਂ ਬਾਅਦ ਜੇ ਦੇਖਿਆ ਜਾਵੇ 10ਵੀਂ ਦੇ ਪੇਪਰ ਜਿਹੜੇ ਨੇ 80 ਨੰਬਰ ਦੇ ਹੋਣਗੇ, 20 ਦੀ ਇੰਟਰਨਲ ਲੱਗੇਗੀ ਅਸਾਈਨਮੈਂਟਸ ਦੇ ਜ਼ੋਰ 'ਤੇ, ਜਾਂ ਫਿਰ ਜਿਹੜੇ ਹੈ ਪੇਪਰ ਸਕੂਲੀ ਟੈਸਟ ਜਿਹੜੇ ਹੁੰਦੇ ਨੇ ਉਹਨਾਂ ਦੇ ਵਿੱਚ ਉਹਨਾਂ 20 ਇੰਟਰਨਲ ਲੱਗੇਗੀ। ਉੱਥੇ ਹੀ 12ਵੀਂ ਦੀ ਵੀ ਜੇਕਰ ਗੱਲਬਾਤ ਕੀਤੀ ਜਾਵੇ 80 ਨੰਬਰ ਦੇ ਪੇਪਰਾਂ ਤੋਂ ਬਾਅਦ 20 ਨੰਬਰ ਦੀ ਜਿਹੜੀ ਹੈ ਇੰਟਰਨਲ ਲੱਗਣ ਵਾਲੀ ਹੈ। CBSE 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਵਾਸਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਡੇਟ ਸ਼ੀਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਹੜੇ ਦਿਨ ਕਿਹੜਾ ਪੇਪਰ ਹੈ। ਸਮੇਂ ਸਵੇਰਾ ਦੱਸਿਆ ਗਿਆ ਕਿ 10:30 ਵਜੇ ਤੋਂ ਲੈ ਕੇ 1:30 ਵਜੇ ਤੱਕ ਦਾ ਬੈਚ ਵੀ ਹੈ, 10:30 ਵਜੇ ਤੋਂ ਲੈ ਕੇ 12:30 ਵਜੇ ਤੱਕ ਵੀ ਜਿਹੜੇ ਪੇਪਰ ਚੱਲਣ ਵਾਲੇ ਹੈ। ਤਾਂ 15 ਫਰਵਰੀ ਤੋਂ ਸ਼ੁਰੂਆਤ ਹੋ ਕੇ 13 ਮਾਰਚ ਤੱਕ ਜਿਹੜਾ ਪੇਪਰ ਚੱਲਣ ਵਾਲੇ ਹੈ। 55 ਦਿਨ ਦੀ ਇਸ ਐਗਜ਼ਾਮੀਨੇਸ਼ਨ ਦੇ ਵਿੱਚ ਬੱਚਿਆਂ ਦੇ ਵੱਲੋਂ ਪੂਰੀ ਤਿਆਰੀ ਦੇ ਨਾਲ ਜਿਹੜਾ ਐਗਜ਼ਾਮੀਨੇਸ਼ਨ ਦੇ ਵਿੱਚ ਐਗਜ਼ਾਮੀਨੇਸ਼ਨ ਦਿੱਤੀ ਜਾਵੇਗੀ। ਔਰ ਉੱਥੇ ਹੀ ਰਿਜ਼ਲਟਸ ਜਦੋਂ ਆਉਣਗੇ ਉਸਦੀ ਨੋਟੀਫਿਕੇਸ਼ਨ ਵੀ ਜਲਦ ਹੀ CBSE ਦੇ ਵੱਲੋਂ ਜਾਰੀ ਕਰ ਦਿੱਤੀ ਜਾਂਦੀ, ਆਫੀਸ਼ੀਅਲ ਸਾਈਟ ਦੇ ਉੱਤੇ ਜਿਹੜੀ ਨੋਟੀਫਿਕੇਸ਼ਨ ਹੈ ਉਹ ਜਾਰੀ ਕਰ ਦਿੱਤੀ ਗਈ ਹੈ। ਹੋਰ ਵਧੇਰੀ ਵੀਡੀਓਜ਼ ਲਈ ਤੁਸੀਂ ਦੇਖਦੇ ਰਹੋ ਲੁਧਿਆਣਾ ਟਾਈਮਸ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ, ਮੈਂ ਹਾਂ ਪ੍ਰਵੀਨ ਕੌਰ। CBSE ਦੇ ਵੱਲੋਂ ਡੇਟ ਸ਼ੀਟ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ 2024 ਦੀ ਡੇਟ ਸ਼ੀਟ ਨੋਟੀਫਿਕੇਸ਼ਨ ਦੇ ਵਿੱਚ 55 ਦਿਨ ਹੈ ਜਿਹੜੇ ਪੇਪਰ ਚੱਲਣ ਵਾਲੇ ਨੇ। ਫਰਵਰੀ ਮਹੀਨੇ ਤੋਂ ਸ਼ੁਰੂਆਤ ਹੋ ਕੇ ਇਹਨਾਂ ਪੇਪਰਾਂ ਦੀ ਮਾਰਚ ਤੱਕ ਚੱਲਣਗੇ 10ਵੀਂ ਅਤੇ 12ਵੀਂ ਦੇ ਐਗਜ਼ਾਮੀਨੇਸ਼ਨ। 2024 ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ ਸੈਂਟਰਲ ਬੋਰਡ ਆਫ ਐਜੂਕੇਸ਼ਨ ਦੇ ਵੱਲੋਂ, ਜਿੱਥੇ ਕਿ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਤੇ ਦੱਸਿਆ ਗਿਆ ਕਿ 10ਵੀਂ ਦੇ ਜਿਹੜੇ ਪੇਪਰ ਨੇ ਉਹ 15 ਫਰਵਰੀ ਤੋਂ ਸ਼ੁਰੂਆਤ ਹੋਵੇਗੀ, 2 ਮਾਰਚ ਤੱਕ ਜਿਹੜੇ ਪੇਪਰ ਚੱਲਣਗੇ। ਉਸੇ ਤਰੀਕੇ ਜਿਹੜਾ ਹੈ 12ਵੀਂ ਦੀ ਅਗਰ ਗੱਲਬਾਤ ਕੀਤੀ ਜਾਵੇ, 12ਵੀਂ ਦੇ ਵੀ ਜਿਹੜੇ ਪੇਪਰ ਹੈ 15 ਫਰਵਰੀ ਤੋਂ ਸ਼ੁਰੂਆਤ ਹੋ ਕੇ ਇਹਨਾਂ ਦੀ ਡੇਟ ਸ਼ੀਟ ਜਿਹੜੀ ਹੈ 13 ਮਾਰਚ ਤੱਕ ਰੱਖੀ ਗਈ ਆ। ਡੇਟ ਸ਼ੀਟ ਦੀ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਡੇਟ ਸ਼ੀਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਹੜੇ ਦਿਨ ਕਿਹੜਾ ਪੇਪਰ ਜਿਹੜਾ ਹੋਣ ਵਾਲਾ ਹੈ। ਸਕੂਲਾਂ ਦੇ ਵੱਲੋਂ ਵੀ ਜਿਹੜਾ ਪੇਰੈਂਟਸ ਨੂੰ ਨੋਟੀਫਿਕੇਸ਼ਨ ਭੇਜ ਦਿੱਤੀ ਗਈ ਹੈ 10ਵੀਂ ਅਤੇ 12ਵੀਂ ਦੀ ਪ੍ਰੀਖਿਆ, ਫਾਈਨਲ ਪ੍ਰੀਖਿਆ, ਜਿਸਦੀ ਕਿ ਡੇਟ ਸ਼ੀਟ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਬੱਚੇ ਇੱਕਦਮ ਤਿਆਰੀ ਦੇ ਵਿੱਚ ਨਜ਼ਰ ਆ ਰਹੇ ਨੇ। ਜੇਕਰ ਗੱਲਬਾਤ ਕੀਤੀ ਜਾਵੇ 2024 ਦੀ, ਤਾਂ ਫਰਵਰੀ ਮਹੀਨੇ ਦੇ ਵਿੱਚ ਹੀ ਸ਼ੁਰੂਆਤ ਹੋ ਜਾਵੇਗੀ। ਉੱਥੇ ਹੀ ਪ੍ਰੈਕਟੀਕਲ ਦੀ ਜਿਹੜੀ ਡੇਟ ਸ਼ੀਟ ਜਾਰੀ ਹੋਈ ਹੈ ਉਸ ਦੇ ਵਿੱਚ ਦੱਸਿਆ ਗਿਆ ਕਿ 1 ਜਨਵਰੀ ਤੋਂ ਲੈ ਕੇ 15 ਜਨਵਰੀ ਤੱਕ ਜਿਹੜਾ ਪ੍ਰੈਕਟੀਕਲ ਚੱਲਣਗੇ। ਔਰ ਉਸ ਤੋਂ ਬਾਅਦ ਜੇ ਦੇਖਿਆ ਜਾਵੇ 10ਵੀਂ ਦੇ ਪੇਪਰ ਜਿਹੜੇ ਨੇ 80 ਨੰਬਰ ਦੇ ਹੋਣਗੇ, 20 ਦੀ ਇੰਟਰਨਲ ਲੱਗੇਗੀ ਅਸਾਈਨਮੈਂਟਸ ਦੇ ਜ਼ੋਰ 'ਤੇ, ਜਾਂ ਫਿਰ ਜਿਹੜੇ ਹੈ ਪੇਪਰ ਸਕੂਲੀ ਟੈਸਟ ਜਿਹੜੇ ਹੁੰਦੇ ਨੇ ਉਹਨਾਂ ਦੇ ਵਿੱਚ ਉਹਨਾਂ 20 ਇੰਟਰਨਲ ਲੱਗੇਗੀ। ਉੱਥੇ ਹੀ 12ਵੀਂ ਦੀ ਵੀ ਜੇਕਰ ਗੱਲਬਾਤ ਕੀਤੀ ਜਾਵੇ 80 ਨੰਬਰ ਦੇ ਪੇਪਰਾਂ ਤੋਂ ਬਾਅਦ 20 ਨੰਬਰ ਦੀ ਜਿਹੜੀ ਹੈ ਇੰਟਰਨਲ ਲੱਗਣ ਵਾਲੀ ਹੈ। CBSE 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਵਾਸਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਡੇਟ ਸ਼ੀਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਹੜੇ ਦਿਨ ਕਿਹੜਾ ਪੇਪਰ ਹੈ। ਸਮੇਂ
ਸਵੇਰਾ ਦੱਸਿਆ ਗਿਆ ਕਿ 10:30 ਵਜੇ ਤੋਂ ਲੈ ਕੇ 1:30 ਵਜੇ ਤੱਕ ਦਾ ਬੈਚ ਵੀ ਹੈ, 10:30 ਵਜੇ ਤੋਂ ਲੈ ਕੇ 12:30 ਵਜੇ ਤੱਕ ਵੀ ਜਿਹੜੇ ਪੇਪਰ ਚੱਲਣ ਵਾਲੇ ਹੈ। ਤਾਂ 15 ਫਰਵਰੀ ਤੋਂ ਸ਼ੁਰੂਆਤ ਹੋ ਕੇ 13 ਮਾਰਚ ਤੱਕ ਜਿਹੜਾ ਪੇਪਰ ਚੱਲਣ ਵਾਲੇ ਹੈ। 55 ਦਿਨ ਦੀ ਇਸ ਐਗਜ਼ਾਮੀਨੇਸ਼ਨ ਦੇ ਵਿੱਚ ਬੱਚਿਆਂ ਦੇ ਵੱਲੋਂ ਪੂਰੀ ਤਿਆਰੀ ਦੇ ਨਾਲ ਜਿਹੜਾ ਐਗਜ਼ਾਮੀਨੇਸ਼ਨ ਦੇ ਵਿੱਚ ਐਗਜ਼ਾਮੀਨੇਸ਼ਨ ਦਿੱਤੀ ਜਾਵੇਗੀ, ਔਰ ਉੱਥੇ ਹੀ ਰਿਜ਼ਲਟਸ ਜਦੋਂ ਆਉਣਗੇ ਉਸਦੀ ਨੋਟੀਫਿਕੇਸ਼ਨ ਵੀ ਜਲਦ ਹੀ CBSE ਦੇ ਵੱਲੋਂ ਜਾਰੀ ਕਰ ਦਿੱਤੀ ਜਾਂਦੀ। ਆਫੀਸ਼ੀਅਲ ਸਾਈਟ ਦੇ ਉੱਤੇ ਜਿਹੜੀ ਨੋਟੀਫਿਕੇਸ਼ਨ ਹੈ ਉਹ ਜਾਰੀ ਕਰ ਦਿੱਤੀ ਗਈ ਹੈ। ਹੋਰ ਵਧੇਰੀ ਵੀਡੀਓਜ਼ ਲਈ ਤੁਸੀਂ ਦੇਖਦੇ ਰਹੋ ਲੁਧਿਆਣਾ ਟਾਈਮ।